ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਅਮਨਦੀਪ ਕੌਰ, ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਤੁਹਾਡਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ, ਸਾਰਿਆਂ ਦਾ ਕੀ ਹਾਲ ਚਾਲ ਹੈ? ਉਮੀਦ ਕਰਦੇ ਸਾਰੇ ਵਧੀਆ ਹੋਣਗੇ, ਠੀਕ ਠਾਕ ਹੋਣਗੇ। ਸ਼ਾਮ ਦਾ ਟਾਈਮ ਹੈ ਜੀ, ਪਰ ਰੱਬ ਨੇ ਇੰਨੀ ਕੁ ਜ਼ਿਆਦਾ ਗਰਮੀ ਕਰੀ ਹੋਈ ਹੈ ਨਾ, ਬਹੁਤ ਜ਼ਿਆਦਾ ਗਰਮੀ, ਜਿਹੜੀ ਇਸ ਵਾਰੀ ਜਾਣ ਦਾ ਨਾਮ ਹੀ ਨਹੀਂ ਲੈ ਰਹੀ ਹੈਗੀ। ਬਹੁਤ ਅੰਤਾਂ ਦੀ ਗਰਮੀ ਹੋ ਰਹੀ ਹੈ। ਦੂਸਰਾ ਝਾੜੂ ਕਿੱਥੇ? ਮੈਂ ਝਾੜੂ ਲਾ ਦੇਵਾਂ ਬਾਹਰ। ਉਹ ਟੋਕੇ ਕੋਲ ਤਾਂ ਨਹੀਂ ਰੱਖਿਆ ਵਾ ਉੱਥੇ ਕਿਤੇ? ਝਾੜੂ ਕਿੱਥੇ ਗਿਆ? ਉਹ ਪਿਆ ਉੱਥੇ ਪਿਆ, ਮੈਂ ਚੱਕ ਕੇ ਲਿਆਵਾਂ। ਅੱਜ ਤੱਕ ਕੱਖ ਵੀ ਨਹੀਂ ਵੱਢੇ, ਗਰਮੀ ਅੰਤਾਂ ਦੀ ਸੀਗੀ। ਬਾਲ ਜਿਹਾ ਲਵਾਇਆ ਅੱਜ ਆਪਣਾ, ਜਿਹੜਾ ਮੋਟਰ ਸੀਗੀ ਹੈ ਨਾ, ਮੋਟਰ ਦਾ ਪਾਣੀ ਨਹੀਂ ਐਂ ਆਉਂਦਾ ਸੀਗਾ, ਮਤਲਬ ਕਿ ਟੈਂਕੀ 'ਚ ਨਹੀਂ ਚੜ੍ਹਦਾ ਸੀਗਾ। ਅੱਜ ਆਪਾਂ ਟੈਂਕੀ 'ਚ ਫਲੈਕਸ ਬਾਲ ਲਵਾ ਦਿਆ, ਉਹਦਾ ਜੁਆਇੰਟ ਕਰਾ ਕੇ ਪਾਈਪ ਨਾਲ, ਹੈ ਨਾ। ਦੇਖੋ ਬੱਦਲ ਵਾਈ ਰਹੇ, ਦੇਖੋ ਕਿੰਨਾ ਸੋਹਣਾ ਵਿਊ ਆ ਰਿਹਾ ਹੈ ਨਾ, ਬੱਦਲ ਆ ਗਿਆ ਮੂਹਰੇ ਸੂਰਜ ਦੇ। ਦੇਖੋ ਉੱਪਰ ਕਿੰਨੀ ਸੋਹਣੀ ਉਹ ਜਾ ਰਹੀ ਹੈ ਕਿਰਨਾਂ ਜਿਹੀਆਂ। ਰਾਜਬਰੇ ਦੇ ਇੱਕ ਵਾਰੀ ਕਣੀਆਂ ਪੈ ਲਈਆਂ, ਰਾਜਬਰੇ ਦੇ ਇੱਕ ਵਾਰੀ ਕਣੀਆਂ ਪੈ ਲਈਆਂ। ਹਾਂ ਹੈ ਨਾ, ਇੱਧਰ ਨੂੰ ਮੈਨੂੰ ਤਾਂ ਐਂ ਲੱਗਾ ਵੀ ਇੱਧਰ ਚੰਡੀਗੜ੍ਹ ਕਣੀ ਬਥੇਰਾ ਮੀਂਹ ਪੈ ਲਿਆ ਹੁਣ, ਇੱਧਰ ਨੂੰ ਬਹੁਤ ਬੱਦਲ ਹੋਇਆ ਪਏ ਤਾਂ। ਕਿੱਧਰ? ਸਾਰੇ ਕੱਖ ਬਾਹਰ ਕੱਢਦੀ ਬਾਹਰ ਤਾਂ ਫਿਰ ਕਾਲੇ ਖਰਾਬ ਨਹੀਂ ਹੁੰਦੇ।
ਕੱਖ ਨੀ ਮੱਖਾਂ ਵਿੱਚ ਲੋ ਜੀ ਝਾੜੂ ਲਾਏ। ਇੰਨੀ ਕੁ ਜ਼ਿਆਦਾ ਗਰਮੀ ਹੈ ਨਾ, ਇਹ ਲੱਗ ਰਿਹਾ ਜਿਵੇਂ ਵੀ ਹੁਣੇ ਹੁਣੇ ਗਰਮੀ ਪੈਣੀ ਸ਼ੁਰੂ ਹੋਈ ਹੈ। ਇਸ ਵਾਰੀ ਗਰਮੀ ਜਾਣ ਦਾ ਨਾਮ ਹੀ ਨਹੀਂ ਲੈ ਰਹੀ। ਮੈਨੂੰ ਨਹੀਂ ਲੱਗਦਾ ਵੀ ਇਸ ਵਾਰੀ ਗਰਮੀ ਜਾਊਗੀ। ਤਿੰਨ ਚਾਰ ਤੋਰੀਆਂ ਨੇ ਸਵੇਰੇ ਤੋਰੀਆਂ ਸੀਗੀਆਂ, ਹੁਣ ਦੇਖ ਲਾਂਗੇ ਕੋਈ ਮਿਲ ਗਈ ਜੇ ਕੱਲ੍ਹ ਸਬਜ਼ੀ ਬਣ ਜੂਗੀ। ਅੱਜ ਮੈਂ ਸਵੇਰੇ ਬਣਾਈ ਸੀਗੀ ਘੀਆ ਦੀ ਸਬਜ਼ੀ। ਫੁੱਲ ਤੋਰੀਆਂ ਨੂੰ ਇੰਨਾ ਕੁ ਜ਼ਿਆਦਾ ਆਉਂਦਾ ਨਾ, ਐਂ ਲੱਗਦਾ ਪਤਾ ਨਹੀਂ ਕਿੰਨੀ ਕੁ ਤੋਰੀਆਂ ਨੇ। ਦੇਖਣ ਵਾਲੇ ਵੀ ਕਹੂਗਾ ਵੀ ਇਹਨਾਂ 'ਤੇ ਇੰਨੀ ਤੋਰੀਆਂ ਲੱਗਦੀਆਂ ਨੇ, ਵੀ ਇਹ ਦੰਦੇ ਦੁੰਦੇ ਕਿਸੇ ਨੂੰ ਤੋਰੀਆਂ ਹੈ ਨਹੀਂ, ਦਈਏ ਕੀ ਆਪਣੇ ਮਸਲ ਸਰਦਾ ਹੈ। ਪ੍ਰਿੰਟਰ ਛੱਤਾ ਐਡਾ ਕੁ ਹੋਇਆ, ਮੈਂ ਪਾਪਾ ਜੀ ਨੂੰ ਵੀ ਕਹਿ ਲਿਆ, ਪਾਪਾ ਜੀ ਪ੍ਰਿੰਟਾਂ ਤੋੜ ਦਿਉ, ਛੱਤਾਂ ਤੋੜ ਦਿਉ। ਕੱਲ੍ਹ ਸਗੋਂ ਲੜਦੀਆਂ ਬਚ ਗਈਆਂ ਪਾਪਾ ਜੀ ਨੇ, ਕੱਲ੍ਹ ਲੜਨ ਲੱਗੀਆਂ ਸੀਗੀਆਂ। ਮੈਨੂੰ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਕਹਿੰਦੇ ਹਾਂ ਪੱਟਣ ਲੱਗੇ ਹੋਣੇ ਉਹ, ਕਿ ਜੋ ਉੱਥੇ ਸਿਰ ਲੱਗ ਕਹਿੰਦੇ ਮੇਰੇ ਸਿਰ ਦੇ ਪਿੱਛੇ ਲੜ ਗਏ। ਪਰ ਇੰਨਾ ਸ਼ੁਕਰ ਹੈ ਵੀ ਕੋਈ ਹੋ ਨਹੀਂ ਹੋਇਆ ਹੈਗਾ। ਹੈ ਪਾਪਾ ਜੀ ਜਿਹੜੀ ਤੁਹਾਡੇ ਪ੍ਰਿੰਟ ਲੜੀ ਤੀ, ਸੋਜਾ ਨਹੀਂ ਚੜਿਆ?
ਛੋਟੇ ਕਰਦੇ ਨੀ ਸੋਚਾ ਚੜਿਆ ਜੰਤਰ ਮੰਤਰ ਮਾਰਾ ਹੈ ਬਾਪੂ ਸਾਡਾ ਬਈ ਓਹੋ ਤੁਸੀਂ ਤਾਂ ਗੱਲ ਕਰਦੇ ਮੈਂ ਤੋੜ ਦੂੰਗਾ ਸਾਰੇ ਪਰਿੰਡਾ ਫੁੱਲ ਕਹਿ ਦੂਗਾ ਇਹਨਾਂ ਨੇ ਤੁਹਾਨੂੰ ਚਾਰ ਦੇਣੇ ਇਹ ਤੁਹਾਨੂੰ ਖਾਣ ਨੂੰ ਦੇਣਗੇ ਇੱਕ ਤਾਂ ਲੱਭਣੀਆਂ ਬਹੁਤ ਔਖੀਆਂ ਨੇ ਇਹ ਆ ਚੱਲ ਖਾਲੂ ਬੜੀ ਹੋ ਜੂਗੀ ਛੋਟੀ ਰੋਟੀਆਂ ਲੱਗ ਰਹੀਆਂ ਨੇ ਇੱਧਰ ਦਾ ਹਜੇ ਕੁੱਪ ਦੇ ਉੱਪਰ ਦੇਖ ਕੇ ਆਉਂਦੀਆਂ ਨੇ ਉੱਧਰ ਵੀ ਲੱਗ ਰਹੀਆਂ ਨੇ ਆ ਇਹਦੇ ਉੱਪਰ ਲੱਗ ਰਹੀਆਂ ਨੇ ਦੋ ਉੱਥੇ ਜਿਹਨੂੰ ਲੱਗ ਰਹੀਆਂ ਨੇ ਚੜ੍ਹ ਕੇ ਤੋੜਦੀਆਂ ਉੱਥੇ ਉਹ ਤਾਂ ਕੋਈ ਆਉਂਦਾ ਜਾਂਦਾ ਹੀ ਤੋੜ ਲੈ ਗਿਆ ਖਾਸਾ ਬੜਾ ਤਾਂ ਉਹ ਲੱਗ ਰਹੀਆਂ ਦੋ ਤੋੜੀਆਂ ਨੇ ਇਹਨਾਂ ਨੂੰ ਤੋੜਾਂ ਕਿਵੇਂ ਕੁੱਪ ਪਰ ਤੋਰੀਆਂ ਤੋੜੂਗੇ ਫਿਰ ਦਵਾਈ ਲੈ ਲੈਣੀ ਤੇ ਨਹੀਂ ਪਹਿਲਾਂ ਲੈ ਲਓ ਚੱਲ ਦਵਾਂ ਆਪ ਸਿਰ ਪਤਾ ਕਦੇ ਦੁਖ ਰਿਹਾ ਸਾਰੇ ਦੁਪਹਿਰੇ ਜਿਹੜੀ ਧੁੱਪ ਕੇ ਵਿੱਚ ਉੱਪਰ ਨੂੰ ਲੰਘੀ ਧੁੱਪ ਉਹ ਉਸ ਤੇ ਦੁਖ ਰਿਹਾ ਸਿਰਮਾ ਪਾਣੀ ਪਾ ਲੈਣਾ ਦਾ ਹੈ ਤਾਂ ਹੀ ਸਿਰ ਦੁਖ ਰਿਹਾ ਦਵਾਂ ਗੋਲੀ ਦੇਖਾਂ ਰੰਗ ਕਾਲਾ ਹੋ ਗਿਆ ਨੀ ਮੈਂ ਲਿਆਓ ਆਪੇ ਕਹਿੰਦਾ ਮੈਂ ਨੀ ਲਾਦਾ ਹੈਗਾ ਪਤਾ ਨੀ ਕਾਹਤੋਂ ਪਤਾ ਨੀ ਗਰਮੀ ਚ ਕਾਣ ਤੇ ਵੀ ਅੱਜ ਤਾਂ ਬਹੁਤ ਜ਼ਿਆਦਾ ਹਨਾ ਚਲੋ ਜਿੰਨੀ ਜਿੰਨੀ ਕੁ ਸਬਜ਼ੀਆਂ ਲੱਗਦੀਆਂ ਨੇ ਆਪਾਂ ਨੂੰ ਭਾਈ ਆਪਾਂ ਨੂੰ ਲਾਈਏ ਹਨਾ ਥੋੜੀ ਥੋੜੀ ਕਰਕੇ ਜੇ ਲਾਵਾਂਗੇ ਤਾਂ ਹੀ ਲੱਗਣਗੀਆਂ ਉਹ ਤੋਰੀਆਂ ਲੱਗ ਰਹੀਆਂ ਨੇ ਕੁੱਪ ਦੇ ਉੱਪਰ ਵੀ ਪਰ ਉਹ ਟੁੱਟਣੀਆਂ ਨਹੀਂ ਹੈਗੀਆਂ ਆਪਾਂ ਤਾਂ ਹਾਏ ਗੋਭੀ ਲਾਈਏ ਜੀ ਪਰ ਕਿਹੜੇ ਕਿਆਰੇ ਵਿੱਚ ਲਾਈਏ ਆਹ ਤਾਂ ਕੋਈ ਸਿੱਧਰੇ ਪੱਧਰੇ ਜੀ ਹੈ ਨਹੀਂ ਕਿਆਰੇ ਉੱਧਰ ਦਾ ਸਾਗ ਬੀਜ ਹੋਊਗਾ ਮਿਰਚਾਂ ਵੀ ਵਿਚਾਰੀਆਂ ਨੂੰ ਪਾਣੀ ਪੂਣੀ ਇਹੋ ਜਿਹਾ ਆਇਆ ਬਸ ਗੋਭੀ ਕਿਹੜੇ ਕਿਆਰੇ ਕੀ ਵਿੱਚ ਲਾਵਾਂ ਆ ਵੀ ਕਿਆਰਾ ਸਿੱਧਰਾ ਪੱਧਰਾ ਨੀ ਹੈਗਾ ਉੱਧਰ ਸਾਗ ਬੀਜਣਾ ਹੈ ਹੈਂ ਲਓ ਜੀ ਆਪਾਂ ਨੇ ਮੋਟਰ ਤੇ ਹਲਵਾ ਤਿਆ ਠੀਕ ਹੈ ਫਲੈਕਸ ਵਾਲਾ ਸਿੱਧਾ ਮਤਲਬ ਕਿ ਆਪਣਾ ਨਾ ਉਹਦੇ ਵਿੱਚ ਨੂੰ ਜੁਆਇੰਟ ਹੋ ਗਿਆ ਇਹਦਾ ਹੁਣ ਟੈਂਕੀ 'ਚ ਨੂੰ ਫੁੱਲਦਾਰ ਇੱਕ ਮੀਂਹ ਪੈ ਗਿਆ ਹੁਣ ਬਥੇਰੇ ਜਿਹੜੇ ਬੀਜ ਗਿਰੇ ਮੈਂ ਪਹਿਲੇ ਉਹ ਸਾਰੇ ਜੰਮ ਜਾਣੇ ਆ ਕਿਹੜਾ ਪਤਾ ਨੀ ਕਿਆ ਕਰਿਆ ਵੇ ਕਿਹੜੇ ਕਿਆਰੇ ਮਲਾਮਾ ਗੋਭੀ
ਏਦਾਂ ਤਾਂ ਸਾਗ ਬੀਜਣਾ ਹੈ, ਸਾਗ ਇੱਧਰ ਸਾਗ ਹੋਏਗਾ। ਇਹਨਾਂ ਮਲਾ ਵਾ ਇਹਨਾਂ ਆਹ ਗਿਆਰਾਂ ਲੱਗਦਾ, ਪਰ ਉਰੇ ਪਾਲਕ ਮੇਥੇ ਬੀਜਾ ਹੈ। ਨਹੀਂ ਫਿਰ ਇੱਧਰ ਲਾ ਦਾ, ਨਹੀਂ ਗੋਭੀ ਲਾ ਕੇ ਲੋ ਜੀ, ਪਾਪਾ ਜੀ ਕਰ ਰਹੇ ਨੇ ਟੋਕਾ ਤੇ ਮੈਂ ਲਾਉਣ ਲੱਗੀ ਹਾਂ ਸਬਜ਼ੀਆਂ। ਸਰਦਾਰ ਜੀ ਮੇਰੇ ਗਏ ਖੇਤਾਂ ਵਿੱਚ ਗੇੜਾ ਮਾਰਨ, ਜਿੰਨੀ ਕੁ ਲੱਗਦੀਆਂ ਆਪਣੇ ਕੋਲ ਆਪਾਂ ਉੱਨੀ ਕੁ ਸਬਜ਼ੀਆਂ ਲਾਉਂਦੇ ਹਾਂ, ਹੈਨਾ। ਸਹੀ ਨਹੀਂ ਕਾਲੀ ਕਾਲੀ ਚ ਉਹ ਕੰਮ ਕਰਿਆ, ਬਸ ਜਿੰਨੀਆਂ ਕੁ ਬਣ ਗਈਆਂ ਬਹੁਤ ਨੇ। ਮੈਂ ਥੋੜ੍ਹੀ ਨਾ ਕਿਆਰੀਆਂ ਬਣਾਉਂਦੀ ਸੀਗੀ, ਮੈਂ ਕਹਿ ਸਾਫ ਕਰਕੇ ਪੱਧਰੀਆਂ ਕਰਕੇ ਫਿਰ ਕਿਆਰੀਆਂ ਬਣਾਉਂਦੀ ਸੀਗੀ। ਮੈਂ ਵੀ ਫਿਰ ਤਾਂ ਨੀ ਬੋਲੀ ਕੁਛ ਕਿਹਾ ਹੈਗਾ, ਮੈਂ ਕਿਹਾ ਮੇਰੇ ਤੋਂ ਬਣਨੀਆਂ ਨੀ, ਮੈਨੂੰ ਟਾਈਮ ਲੱਗਣਾ ਨੀ। ਜੇ ਮੈਂ ਨਾ ਕਿਹਾ ਗੋਚਾ ਲਾਈਗੀ ਵੀ ਹਾਂ ਇਹ ਨਹੀਂ ਬਣਾਉਣੀ, ਇਹ ਨਹੀਂ ਬਣਾਉਣੀ, ਇਹਨਾਂ ਨੇ ਆ ਵੀ ਨਹੀਂ ਬਣਾ ਕੇ ਦੇਣੀਆਂ। ਫਿਰ ਦੇਖ ਲਓ ਸ਼ਾਮ ਹੋ ਗਈ, ਪਰ ਜਿਹੜੀ ਗਰਮੀ ਹੈ ਨਾ ਬਹੁਤ ਜ਼ਿਆਦਾ ਹੋ ਗਈ ਇਸ ਟਾਈਮ। ਜਿੰਨੀਆਂ ਵੀ ਡੋਲਾਂ ਨੇ ਇਹਨਾਂ ਦੇ ਉੱਪਰ ਕਿਸੇ ਦੇ ਉੱਪਰ ਉਹ ਲਾ ਦਾਂਗੇ, ਕਿਆ ਕਹਿੰਦੇ ਆ, ਕਿਸੇ ਦੇ ਉੱਪਰ ਮੂਲੀਆਂ ਲਾ ਦਾਂਗੇ, ਕਿਸੇ ਦੇ ਉੱਪਰ ਸ਼ਲਗਮ ਲਾ ਦਾਂਗੇ। ਇਹ ਕਿਆਰੀਆਂ ਦਾ ਹੁਣ ਭਰ ਦੂੰਗੀ ਬਸ, ਉਹ ਵਾਲੀ ਕਿਆਰੀ 'ਚ ਵੀ ਉਹ ਕਰਕੇ ਲਾ ਕੇ ਗੋਭੀ ਹੁਣ ਵੀ ਭਰ ਦਾਂਗੇ।
ਮਿਰਚਾਂ ਨੂੰ ਨਾ ਪਾਣੀ ਨਹੀਂ ਦੇ ਹੋਇਆ ਹੈਗਾ, ਲਾ ਕੇ ਮਿਰਚਾਂ ਗਰਮੀ ਐ ਚੋ ਰਹੀ ਹੈ ਗਰਮੀ, ਜਿਵੇਂ ਪਤਾ ਨਹੀਂ ਪਾਣੀ ਦੇ ਰਿਹਾ ਹੁੰਦਾ ਉੱਪਰ ਨੂੰ। ਭਿੱਜ ਚਣੀਆਂ ਲਫਾਫਾ ਸਬਜ਼ੀਆਂ ਲਾਈਆਂ, ਰੱਬ ਮੀਂਹ ਪਾ ਦਿੰਦੇ, ਬਹੁਤ ਗਰਮੀ ਗਰਮੀ ਹੋਈ ਪਈ। ਮੈਂ ਤਾਂ ਐਂ ਲੱਗਦਾ ਜਿਵੇਂ ਨਹਾ ਲਈ ਹੋਵਾਂ ਠੰਡੇ ਪਾਣੀ 'ਚ, ਇੰਨਾ ਪਾਣੀ ਗਰਮੀ 'ਚ ਹੋ ਰਹੀ ਸੀ। ਇੱਕ ਵਾਰੀ ਖੜੀ ਹੋ ਗਈ ਨਾ, ਚੱਲ ਗਈ ਆ ਹਜੇ, ਫਿਰ ਤਾਂ ਬਸ ਪਾਣੀ ਦੇ ਲੱਗ ਜਾਂਦੀ। ਚੰਗੀ ਮੱਛੀਆਂ ਨੂੰ ਖਾ ਲਿਆ, ਕਦੇ ਪੈਰਾਂ ਦੇ ਮੱਛੀ ਲੜਨੇ, ਕਦੇ ਕਿਹੜੀ ਲੜਨੇ। ਮਿਰਚਾਂ ਕੱਲ੍ਹ ਗਈਆਂ, ਤੰਗ ਨਹੀਂ ਖੜੀਆਂ ਹੋਈਆਂ, ਪਾਣੀ ਦੇ ਹੋਇਆ ਹੈਗਾ, ਜੇ ਅੱਜ ਪਾਣੀ ਦੇ ਦਿੰਦੀਆਂ ਨਾ ਠੀਕ ਹੈ। ਨਾ ਪੁੱਤ ਨਾ ਬੰਦ ਨਾ ਕਰਦੀ, ਇੱਧਰ ਆਉਣਾ ਪਾਣੀ ਬੰਦ ਹੋ ਜੂਗਾ ਫਿਰ। ਉਹਨੂੰ ਨਾ ਛੇੜ, ਇੱਧਰ ਆ ਜਾ, ਮੋਟਰ ਹੈ ਉਹ, ਦੂਰ ਆ ਜਾ। ਮਸੰਮੀਆਂ ਲੱਗ ਗਿਆ, ਆ ਗਿਆ ਉਹਦੇ ਕੋਲ ਵੀ ਇਸ ਤਰ੍ਹਾਂ। ਠੀਕ ਹੈ, ਅਸੀਂ ਦੇ ਦਿਓ
ਪੂਰੀ ਕਿ ਜੀ ਠੀਕ ਹੈ ਉੱਪਰ ਨੂੰ ਆਪੇ ਚੜੀ ਜਾਓਗੇ ਤੇ ਬਾਅਦ ਵਿੱਚ ਵੀ ਦੇਣਾ। ਲਓ ਜੀ ਆਹ ਬੱਟ ਤੇ ਆਪਾਂ ਨੇ ਲਾ ਦੇ ਫਲੀਆਂ ਨੇ ਮਟਰ, ਠੀਕ ਹੈ। ਬਾਕੀ ਮੱਛਰਾਂ ਨੇ ਕਰਤੇ ਆਪਣਾ ਬੁਰਾ ਹਾਲ, ਮੈਂ ਕਿਹਾ ਚੱਲ ਹੁਣ ਇਹ ਵੀ ਲਾ ਹੀ ਦਵਾਂ। ਹੈ ਜਾ ਤੂੰ ਠੀਕ ਹੈ ਠੀਕ ਹੈ। ਜਦ ਸੁੱਕ ਜੂਗੀ ਨਾ ਆਹ ਕਿਆਰੀ ਫਿਰ ਉਹ ਇਹਦੇ ਵਿੱਚ ਥੋੜ੍ਹੀ ਮਿੱਟੀ ਕਰਕੇ ਹੋਰ ਕੁਛ ਲਾ ਦੂੰਗੀ। ਬਸ ਹੁਣ ਲੱਗਦਾ ਜਿੰਨੀ ਕੁ ਲੱਗਦੀ ਬਹੁਤ ਹੈ, ਮੈਂ ਲੰਘੇ ਪੈਰਾਂ ਦੇ ਪਾਣੀ ਦੇ ਵਿੱਚ ਬੜੀ ਨਹੀਂ ਹੈਗੀ, ਮਤਲਬ ਕਿ ਐਦਾਂ ਵੜਨ ਦੀ, ਪਰ ਉਹਦੇ ਕੁਛ ਮੱਛਰ ਲੜ ਰਹੇ, ਮੱਛਰਾਂ ਨੇ ਇਹਦੇ ਗਿੱਟੇ ਸਜਾ ਦੇ। ਕਿਆ ਕਰਾਂ ਹੁਣ, ਉੱਪਰ ਚਕੰਦਰ ਲਾ ਦਾ ਲਾ ਦਿਓ, ਮਟਰ ਕਿਧਰੇ ਹੋਰ ਕੱਢ ਦੂੰਗੇ ਫਿਰ ਹੋਰ ਕੀ। ਚਕੰਦਰ ਦਾ ਹੀ ਦੇਰ ਨਾਲ ਹੋਊਗੇ, ਮਟਰ ਤੋੜੀ ਜਾਓਗੇ, ਮੂਲੀ ਦਾ ਹੁਣੀ ਹੋ ਜਾਣਾ। ਉਹ ਉੱਧਰ ਹੀ ਬੱਟ ਵਾਲੇ ਦੇਖ ਲੈ, ਸਾਰਾ ਸਿਆਲ ਹੋ ਗਿਆ ਚਕੰਦਰ ਖਾਂਦੇ ਨੂੰ ਨਾ, ਸਾਰੀ ਗਰਮੀ ਹੋ ਗਈ ਚਕੰਦਰ ਖਾਂਦੇ ਨੂੰ, ਪਿਛਲੇ ਸਿਆਲ ਕੇ ਲਾਏ ਹੋਏ ਆ, ਜਿਹੜਾ ਸਿਆਲ ਲੰਘ ਗਿਆ ਮੁੜ ਕੇ ਸਿਆਲ ਆਉਣ ਵਾਲਾ ਹੋ ਗਿਆ, ਹੁਣ ਵੀ ਇੱਕ ਅੱਧਾ ਪੱਟੇ ਆ ਜਾਣੇ ਕੱਲ ਪਰਸੋਂ। ਐਨੀ ਚਕੰਦਰ ਲਾਏ ਹੋਏ ਪਾਣੀ ਚੜ ਜੂਗਾ ਉਰੇ ਦੇ। ਪਤਾ ਕਿਆ ਹੋਇਆ, ਪਹਿਲਾਂ ਤਾਂ ਚਕੰਦਰ ਐਂ ਲਾ ਰਹੀ ਸੀ ਪਿਛਲੇ ਸਾਲ, ਖਾਸੀ ਪਹਿਲਾਂ ਖਾਸੀ ਸਬਜ਼ੀਆਂ ਲਾਈਆਂ, ਲਾਈ ਗਈ ਜਦ ਭਾਈ ਜਾ ਕੇ ਅੱਖ ਜੀ ਗਈ ਵੀ ਹਾਂ ਸਬਜ਼ੀਆਂ ਨਾਲ ਜਿੱਦਾਂ ਦੀ ਖਾ ਕੇ ਚਕੰਦਰ ਆਈ ਭਰੀ ਮੁੱਟੀ ਆਈ ਕੁੱਟ। ਮਾਰੀ ਮੰਮੀ ਕਹਿ ਰਹੀ ਤੂੰ ਤਾਂ ਉਹ ਕੰਮ ਕਰਿਆ ਖਾ ਚਕੰਦਰਾਂ ਕੇ ਗਰੇ ਕੇ ਗਰੇ, ਮੈਂ ਫਿਰ ਹੋਰ ਕੀ ਕਰਾਂ ਹੁਣ, ਮੈਨੂੰ ਕਿਸੇ ਨੇ ਲਗਾਉਣੇ ਨੀ ਹੈਗੇ, ਮੈਂ ਆਪੇ ਹੁਣ ਇਹੀ ਲਾਉਣੇ ਹੋਰ ਕਿਆ। ਜਾਮੂ ਜੂੰਗੀ ਉਹਦੇ, ਚਲੋ ਚਕੰਦਰ ਲਾ ਦੇ, ਫੁੱਲਾਂ ਵਾਲੇ ਮਟਰ ਲਾ ਦੇ, ਗੋਭੀ ਲਾ ਦੀ, ਧਨੀਆ ਲਾ ਦੇ, ਠੀਕ ਹੈ। ਅੱਜ ਇੰਨੀਆਂ ਕੁ ਸਬਜ਼ੀਆਂ ਲੱਗ ਗਈਆਂ, ਬਾਕੀ ਕੱਲ੍ਹ ਨੂੰ ਦੇਖੀ ਜਾਊਗੀ ਬਈ। ਗਰਮੀ ਦੇ ਕੰਨਾਂ ਨੂੰ ਹੱਥ ਲਵਾ ਦੇ, ਤੋਬਾ ਤੋਬਾ ਹੋਈ ਪਈ ਹੈ, ਹੁਣ ਜਾ ਕੇ ਧੋਈਏ ਹੱਥ ਪੈਰ, ਠੀਕ ਹੈ। ਮੱਝ ਵੀ ਬੰਨਣੀ ਹੈ ਹਜੇ ਮੈਂ ਅੰਦਰ ਜਾ ਕੇ, ਅਤੇ ਫਿਰ ਰੋਟੀ ਪਾਣੀ ਵੀ ਕਰਨੀ ਹੈ। ਚਲੋ ਜੀ ਹੁਣ ਪਹਿਲਾਂ ਅੰਦਰ ਨੂੰ ਚੱਲੀਏ, ਮਿਲਦੇ ਥੋੜ੍ਹੀ ਦੇਰ ਬਾਅਦ ਚ। ਮੋਟਰ ਤਾਂ ਕੱਟ ਹੀ ਹੈਗਾ ਬੰਦ ਨੂੰ ਭੱਕਦਾ ਮੈਂ, ਮੈਨੂੰ ਆ ਗਿਆ ਰੱਬ ਨੂੰ ਘਰ। ਵੈਸੇ ਇਹਨੂੰ ਵੀ ਉਰੇ ਹੁਣ ਸ਼ੈੱਡ ਕਹਿ ਰਹੇ ਪਾਉਂਗੇ, ਇਹੀ ਨਾ ਫਿਰ ਤਾਰ ਪੱਕੀ ਉਰੇ ਟੰਗਾ ਦੇਣੀ ਹੈ, ਉਰੇ ਟੰਗਾ ਕੇ ਸਟਾਰਟਰ ਉਰੇ ਰੱਖ ਕੇ ਨਾ ਠੀਕ ਹੈ, ਤਾਰ ਦੇ ਦਿੰਦੇ ਉੱਥੇ ਤੋਂ। ਮੈਂ ਪੈਰ ਹੁਣ ਪਹਿਲਾਂ ਬਾਹਰ ਜਾ ਕੇ ਪੈਰ ਧੋ ਕੇ ਵਧੀਆ ਸਰੋਂ ਪਈ ਹੈ ਮੇਰੇ ਬੂਹੇ, ਪ੍ਰੈਸ਼ਰ ਬਣਨਾ ਪੈਣਾ।
ਲੋ ਜੀ ਸਬਜ਼ੀਆਂ ਤਾਂ ਲਾ ਤੀਆਂ, ਗਰਮੀ ਗਰਮੀ ਹੋ ਗਈ ਪਈਆਂ, ਪਰ ਪਾਣੀ ਪੂਣੀ ਪੀ ਕੇ ਥੋੜ੍ਹੀ ਦੇਰ ਬੈਠ ਕੇ ਹੈ ਨਾ, ਹੁਣ ਮੈਂ ਆ ਗਈ ਬਾਹਰ, ਹੁਣ ਬੰਨਦੀ ਹਾਂ ਮੱਝਾਂ, ਹਜੇ ਆਪਾਂ ਨੇ ਰੋਟੀ ਬਣਾਉਣੀ ਹੈ, ਪਹਿਲਾਂ ਮੱਝਾਂ ਬੰਨਦੀ ਹੈ, ਬਸ ਇੱਕ ਮੱਝ ਬੰਨਣੀ ਜਿਹਨੇ ਦੁੱਧ ਦੇਣਾ ਹੈ, ਫਿਰ ਦੂਸਰੀ ਮੈਂ ਫਿਰ ਬੰਨਾਂਗੀ ਰੁੱਕ ਕੇ, ਆਹ ਪਤਾ ਨਹੀਂ ਬਣਾਉਣੀ ਹੈ ਕਿਉਂ ਕਰਿਆ ਗਿਆ। ਚਲੋ ਜੀ ਮੱਝਾਂ ਬੰਨਤੀਆਂ, ਧੂੰਆਂ ਕਰਦੇ ਆ, ਸਬਜ਼ੀਆਂ ਲੱਗ ਗਈਆਂ, ਹੁਣ ਹੱਥ ਮੂੰਹ ਧੋ ਕੇ ਚੰਗੀ ਤਰ੍ਹਾਂ ਆਪਾਂ ਲੱਗੇ ਰੋਟੀ ਦੇ ਨੇੜੇ। ਚਲੋ ਜੀ ਫਰੈਂਡਸ, ਇਹਦਾ ਸੀਗੀ ਆਪਣੀ ਅੱਜ ਦੀ ਵੀਡੀਓ। ਸੋ ਫਰੈਂਡਸ, ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ, ਅਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਨੈਕਸਟ ਵਲੌਗ ਨਾਲ ਤੱਕ ਲਈ ਸਾਰਿਆਂ ਨੂੰ ਬਾਏ ਬਾਏ, ਸਤਿ ਸ਼੍ਰੀ ਅਕਾਲ ਜੀ। ਹੁਣ ਸਾਰਿਆਂ ਨਾਲ ਸਾਂਝ ਹੀ ਰਲ ਰਿਹਾ ਬਾਈ, ਬਾਏ।